ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਬ੍ਰੌਡਵੇ ਸਟੱਡੀ ਵੀਜ਼ਾ ਟਿਪਸ ਵਿੱਚ। ਅੱਜ ਅਸੀਂ ਗੱਲ ਕਰ ਰਹੇ ਹਾਂ ਆਸਟ੍ਰੇਲੀਆ ਦੀ। ਆਸਟ੍ਰੇਲੀਆ ਤੋਂ ਕੁਝ ਪੋਜ਼ਿਟਿਵ ਚੇਂਜਿਸ ਆਏ ਨੇ, ਖਾਸ ਕਰਕੇ ਸਟੂਡੈਂਟਸ ਵਾਸਤੇ ਜਿਹੜੇ ਸਟੱਡੀ ਵੀਜ਼ਾ ਵਾਸਤੇ ਜਾਂਦੇ ਨੇ। ਸੁਣਨ 'ਚ ਆਇਆ ਕਿ 3 ਸਾਲ ਦਾ ਵਰਕ ਪਰਮਿਟ ਆਸਟ੍ਰੇਲੀਆ ਵੱਲੋਂ ਪ੍ਰੋਵਾਈਡ ਕੀਤਾ ਜਾ ਰਿਹਾ, ਅਤੇ ਹੋਰ ਵੀ ਕੁਝ ਚੇਂਜਿਸ ਆਏ ਨੇ। ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਅਮਰਜੀਤ ਸਿੰਘ ਕੰਵਰ। ਕੰਵਰ ਸਾਹਿਬ, ਸਵਾਗਤ ਹੈ। ਥੈਂਕ ਯੂ ਜੀ। ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਦੀਪਕ ਜੀ, ਦੱਸਣਾ ਚਾਹੂੰਗਾ ਸਾਰੇ ਦੋਸਤਾਂ ਨੂੰ ਵੀ ਕਿ ਆਸਟ੍ਰੇਲੀਆ ਇਜ਼ ਗੈਟਿੰਗ ਵੈਰੀ ਐਗਰੈਸਿਵ ਹੁਣ ਆਪਣੇ ਸਟੂਡੈਂਟਸ ਨੂੰ ਰਿਕਰੂਟ ਕਰਨ ਲਈ, ਤੁਹਾਨੂੰ ਸਾਰਿਆਂ ਨੂੰ ਉੱਥੇ ਬੁਲਾਉਣ ਲਈ। ਬਟ ਕੁਛ ਨਾ ਕੁਛ ਰਿਸਟ੍ਰਿਕਸ਼ਨਸ ਰਹਿੰਦੀਆਂ ਨੇ। ਕੈਨੇਡਾ ਦੇ ਕੰਪੈਰੇਟਿਵਲੀ ਹਮੇਸ਼ਾ ਆਸਟ੍ਰੇਲੀਆ ਥੋੜ੍ਹਾ ਜ਼ਿਆਦਾ ਔਰਗਨਾਈਜ਼ਡ ਦਿਖਦਾ ਹੈ, ਜਾਂ ਕਹਿ ਲਓ ਕਿ ਘੱਟ ਡੈਸਪਰੇਟ ਦਿਖਦਾ ਹੈ। ਸੋ ਇੱਥੇ ਜਿਹੜੇ ਨਿਊ ਚੇਂਜਿਸ ਆਏ ਨੇ ਜਿਹੜੇ ਬੱਚਿਆਂ ਲਈ ਬੈਨੀਫਿਸ਼ੀਅਲ ਨੇ, ਦੈਟ ਇਜ਼ ਇਨ ਪਰਟੀਕੁਲਰਲੀ ਇਨ ਰੀਜਨਲ ਏਰੀਆ। ਸੋ ਜਿਹੜੇ ਆਸਟ੍ਰੇਲੀਆ ਦੇ ਰੀਜਨਲ ਏਰੀਆਜ਼ ਹੈ, ਅਗਰ ਤੁਸੀਂ ਹੁਣ ਉੱਥੇ ਪੜ੍ਹਨ ਜਾਂਦੇ ਹੋ ਤਾਂ ਤੁਹਾਨੂੰ ਮਿਲੇਗਾ 3 ਸਾਲ ਦਾ ਵਰਕ ਪਰਮਿਟ ਕੰਪੈਰੇਟਿਵਲੀ, ਜੋ ਕਿ ਪਹਿਲਾਂ 2 ਸਾਲ ਦਾ ਸੀ। ਔਰ ਸਟਿਲ ਜਿਹੜੀਆਂ ਅਦਰ ਸਟੇਟਸ ਨੇ, ਜਿਹੜੀਆਂ ਨੋਨ ਰੀਜਨੇਬਲ ਪਲੇਸ ਰੀਜਨਲ ਪਲੇਸਿਸ ਨੇ, ਉੱਥੇ ਇਹ ਵਰਕ ਪਰਮਿਟ 2 ਸਾਲ ਦਾ ਹੀ ਹੈ। ਬਟ ਅਗਰ ਤੁਸੀਂ ਰੀਜਨਲ ਏਰੀਆਜ਼ ਦੇ ਵਿੱਚ ਜਾਂਦੇ ਹਾਂ ਪੜ੍ਹਨ ਲਈ, ਤਾਂ ਤੁਹਾਨੂੰ ਇਹ ਜਿਹੜਾ ਵਰਕ ਪਰਮਿਟ ਹੈ ਆਫਟਰ ਸਟੱਡੀ, ਉਹ 3 ਸਾਲ ਦਾ ਮਿਲੇਗਾ। ਸੋ ਯੂ ਗੈਟਿੰਗ ਅ ਮੋਰ ਟਾਈਮ, ਕਿਉਂਕਿ ਪਹਿਲਾਂ ਉੱਥੇ ਆਪਾਂ ਨੂੰ 4 ਸਾਲ ਦੀ ਲਿਵਿੰਗ ਦਿਖਾਉਣੀ ਪੈਂਦੀ ਸੀ ਆਸਟ੍ਰੇਲੀਆ ਦੇ ਵਿੱਚ ਪਰਮਾਨੈਂਟ ਹੋਣ ਲਈ, ਚਾਹੇ ਆਪਾਂ ਉਹਨੂੰ ਪੜ੍ਹ ਕੇ ਪੂਰਾ ਕਰਦੇ ਸੀ, ਚਾਹੇ ਬਾਅਦ 'ਚ PSW 'ਤੇ ਪੂਰਾ ਕਰਦੇ ਸੀ। ਸੋ 3 ਸਾਲ ਦਾ ਵਰਕ ਪਰਮਿਟ ਹੋਣਾ ਪਲੱਸ ਤੁਹਾਡਾ 2 ਤੋਂ 3 ਸਾਲ ਦਾ ਉੱਥੇ ਕੋਰਸ ਲੈਣ ਦੇ ਨਾਲ ਤੁਹਾਡੀ ਉਹ ਕੰਡੀਸ਼ਨ ਹੁਣ ਈਜ਼ੀਲੀ ਫੁਲਫਿਲ ਹੁੰਦੀ ਹੈ, ਬਹੁਤ ਈਜ਼ੀਲੀ ਰਿਲੈਕਸੇਬਲੀ ਹੁੰਦੀ ਹੈ। ਸੋ ਇਸ ਚੀਜ਼ ਦਾ ਬੈਨੀਫਿਟ ਡੈਫੀਨੇਟਲੀ ਲੈਣਾ ਚਾਹੀਦਾ, ਕਿਉਂਕਿ ਅਗਰ ਤੁਸੀਂ ਮਾਸਟਰਸ ਲਈ ਵੀ ਜਾਂਦੇ ਆ ਐਂਡ ਤਾਂ ਵੀ ਤੁਹਾਡਾ ਸਫੀਸ਼ੈਂਟਲੀ ਉਹ ਜਿਹੜਾ ਪੀਰੀਅਡ ਹੈ ਉਹ ਪੂਰਾ ਹੋ ਰਿਹਾ ਆਸਟ੍ਰੇਲੀਆ ਦੇ ਵਿੱਚ, PR ਕਹਿ ਲਓ, ਹੁਣ ਥੋੜ੍ਹਾ ਜਿਹਾ ਇੱਕ ਈਜ਼ੀ ਸਟੈਪ ਹੋ ਗਿਆ, ਓਨਲੀ ਕੰਡੀਸ਼ਨ ਅਪਲਾਈ ਕੀ ਤੁਹਾਨੂੰ ਰੀਜਨਲ ਏਰੀਆ 'ਚ ਪੜ੍ਹਨਾ ਪਊਗਾ। ਸੋ ਜਦੋਂ ਆਪਾਂ ਰੀਜਨਲ ਏਰੀਆ ਦੀ ਵੀ ਗੱਲ ਕਰਦੇ ਹਾਂ ਦੀਪਕ ਜੀ, ਤਾਂ ਰੀਜਨਲ ਏਰੀਆ ਨੂੰ ਕੋਈ ਤੁਸੀਂ ਬੈਕਵਰਡ ਏਰੀਆ ਨਹੀਂ ਗਿਣੋ ਬਹੁਤ ਜ਼ਿਆਦਾ। ਇਟਸ ਨੋਟ ਲਾਈਕ ਕਿ ਤੁਸੀਂ ਕਿਸੇ ਪਿੰਡ 'ਚ ਤੁਹਾਨੂੰ ਪੜ੍ਹਨ ਜਾਣ ਪੈ ਰਿਹਾ, ਇੱਦਾਂ ਕੁਛ ਨਹੀਂ ਹੈ। ਮੈਂ ਤੁਹਾਨੂੰ ਦੱਸ ਦਿੰਦਾ ਕਿਹੜੇ ਕਿਹੜੇ ਮੇਜਰ ਰੀਜਨਲ ਏਰੀਆਸ ਹੈ ਜਿੱਥੇ ਤੁਸੀਂ ਪੜ੍ਹਨ ਜਾ ਸਕਦੇ ਹਾਂ। ਸੋ ਇਹਦੇ ਵਿੱਚ ਪੂਰਾ ਸਦਰਨ ਆਸਟ੍ਰੇਲੀਆ, ਇੱਕ ਪੂਰੀ ਟੈਰੀਟਰੀ ਹੈ, ਬਹੁਤ ਵੱਡੀ ਸਟੇਟ ਹੈ ਆਪਣੇ ਆਪ 'ਚ ਕਹਿ ਲਓ ਜਾਂ ਪ੍ਰੋਵਿੰਸ ਹੈ, ਸਦਰਨ ਆਸਟ੍ਰੇਲੀਆ ਇਹ ਪੂਰਾ ਹੀ ਜਿਹੜਾ ਉਹ ਰੀਜਨਲ ਏਰੀਆ ਦੀ ਕੈਟੇਗਰੀ 'ਚ ਆਉਂਦਾ ਹੈ PR ਦੇ ਹਿਸਾਬ ਨਾਲ, ਜਾਂ ਪੜ੍ਹਾਈ ਦੇ ਹਿਸਾਬ ਨਾਲ, ਜਾਂ ਵਰਕ ਪਰਮਿਟ ਦੇ ਹਿਸਾਬ ਨਾਲ। ਇੱਥੋਂ ਦੀ ਸਭ ਤੋਂ ਫੇਮਸ ਸਿਟੀ ਤੁਸੀਂ ਸੁਣੀ ਹੋਣੀ ਹੈ ਐਡੀਲੇਡ। ਸੋ ਐਡੀਲੇਡ ਵੀ ਤੁਹਾਡੀ ਜਿਹੜੀ ਹੈ ਉਹ ਆ ਰਹੀ ਹੈ ਇਹਦੇ ਵਿੱਚ ਆਪਣੇ ਰੀਜਨਲ ਏਰੀਆ ਦੀ ਲਿਸਟ ਦੇ ਵਿੱਚ। ਸੋ ਇਫ ਯੂ ਸਟੱਡਿੰਗ ਇਨ ਐਡੀਲੇਡ, ਜਿੱਥੇ ਕਿ ਬਹੁਤ ਸਾਰੀਆਂ ਆਪਸ਼ਨਸ ਵੀ ਤੁਹਾਡੇ ਕੋਲ ਹੈਗੀਆਂ ਨੇ, ਬਹੁਤ ਸਾਰੇ ਕਾਲਜਿਸ ਐਡੀਲੇਡ ਯੂਨੀਵਰਸਿਟੀ ਇਟਸੈਲਫ ਇਜ਼ ਦੇਅਰ। ਸੋ ਇੱਥੇ ਤੁਸੀਂ ਪੜ੍ਹਦੇ ਹਾਂ ਸਦਰਨ ਕ੍ਰੋਸ ਯੂਨੀਵਰਸਿਟੀ ਹੈ, ਹੋਰ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ ਨੇ, ਦੇਰ ਇਜ਼ ਲਿਸਟ ਆਫ ਇੰਸਟੀਟਿਊਟਸ ਤੁਸੀਂ ਆ ਕੇ ਮਿਲ ਸਕਦੇ ਹੋ ਇਹਨਾਂ 'ਚ ਲੱਭਣ ਲਈ। ਸੋ ਇਹਨਾਂ ਸਾਰਿਆਂ ਦੇ ਵਿੱਚ ਤੁਸੀਂ ਪੜ੍ਹਨ ਜਾ ਸਕਦੇ ਹੋ। ਪੂਰੇ ਸਦਰਨ ਆਸਟ੍ਰੇਲੀਆ 'ਚ ਤੁਸੀਂ ਕਿਤੇ ਵੀ ਪੜ੍ਹਦੇ ਹੋ ਤਾਂ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਮਿਲੂਗਾ। ਇਸੇ ਤਰ੍ਹਾਂ ਜਿਹੜਾ ਬ੍ਰਿਸਬੇਨ ਹੈ ਉਹ ਵੀ ਸੋਰੀ ਜਿਹੜਾ ਵੈਸਟ ਆਸਟ੍ਰੇਲੀਆ ਹੈ, ਜਿਹਦੇ 'ਚ ਬ੍ਰਿਸਬੇਨ ਔਰ ਗੋਲਡ ਕੋਸਟ ਨੂੰ ਛੱਡ ਕੇ ਬਾਕੀ ਸਾਰੀ ਏਰੀਆ ਵੀ ਸਦਰਨ ਦੇ ਵਿੱਚ ਆਉਂਦਾ ਹੈ ਆਪਣਾ ਰੀਜਨਲ ਏਰੀਆ ਦੇ ਵਿੱਚ। ਸੋ ਦੈਟ ਇਜ਼ ਅਨਦਰ ਬੈਨੀਫਿਟ। ਟਸਮਾਨੀਆ ਯੂਨੀਵਰਸਿਟੀ ਕਾਫੀ ਬੱਚਿਆਂ ਨੇ ਸੁਣਿਆ ਹੋਏਗਾ। ਸੋ ਟਸਮਾਨੀਆ ਜਿਹੜੀ ਟੈਰੀਟਰੀ ਹੈ ਉਹ ਵੀ ਰੀਜਨਲ ਏਰੀਆ ਦੀ ਕੈਟੇਗਰੀ 'ਚ ਆਉਂਦੀ ਹੈ। ਇਹਦੇ ਨਾਲ ਨਾਲ ਆਸਟ੍ਰੇਲੀਆ ਦੇ ਵਿੱਚ ਹਰ ਜਿਹੜੀ ਸਟੇਟ ਆ ਉਹਦੇ ਵਿੱਚ ਕੁਛ ਨਾ ਕੁਛ ਰੀਜਨਲ ਏਰੀਆਸ ਡਿਫਾਈਂਡ ਨੇ, ਉਹਦੀ ਲਿਸਟ ਤੁਸੀਂ ਇੰਟਰਨੈਟ ਤੋਂ ਬਕਾਇਦਾ ਆ ਕੇ ਕੱਢ ਸਕਦੇ ਹੋ। ਸਨਸ਼ਾਈਨ ਕੋਸਟ ਵਰਗੀ ਯੂਨੀਵਰਸਿਟੀ ਆ ਬ੍ਰਿਸਬੇਨ ਦੇ ਲਾਗੇ, ਉਹ ਵੀ ਆਪਣੇ ਰੀਜਨਲ ਏਰੀਆ 'ਚ ਆਉਂਦੀ ਹੈ। ਸੋ ਦੇਰ ਆਰ ਲੋਟ ਆਫ ਆਪਸ਼ਨਸ। ਤੁਸੀਂ ਅਗਰ ਸੀਰੀਅਸਲੀ ਸੋਚਦੇ ਹਾਂ, ਇੱਕ ਲੰਬੀ ਕਮਿਟਮੈਂਟ ਚਾਹੁੰਦੇ ਹਾਂ, ਇੱਕ ਈਜ਼ੀ ਆਪਾਂ ਕਹੀਏ ਕਿ PR ਦਾ ਰਸਤਾ ਚੁਣਨਾ ਚਾਹੁੰਦੇ ਹਾਂ, ਤਾਂ ਡੈਫੀਨੇਟਲੀ ਹੁਣ ਜਦੋਂ ਤੁਸੀਂ ਆਸਟ੍ਰੇਲੀਆ ਲਈ ਅਪਲਾਈ ਕਰਨ ਲਈ ਆਓ ਤਾਂ ਰੀਜਨਲ ਏਰੀਆਜ਼ ਦੀ ਪ੍ਰੈਫਰੈਂਸ ਨੂੰ ਲੈ ਕੇ ਆਓ। ਸਾਡੀ ਜੋਬ ਹੈ, ਅਸੀਂ ਤੁਹਾਨੂੰ ਫਿਰ ਵੀ ਜਦੋਂ ਤੁਸੀਂ ਆਓਗੇ, ਚਾਹੇ ਤੁਸੀਂ ਜਾਣਦੇ ਹਾਂ, ਚਾਹੇ ਤੁਸੀਂ ਆਹ ਸ਼ੋਅ ਦੇਖਿਆ ਨਹੀਂ ਦੇਖਿਆ, ਵੀ ਆਲਵੇਜ਼ ਟੈਲ ਸਟੂਡੈਂਟਸ ਕਿ ਆਹ ਤੇਰੇ ਕੋਲ ਇੱਕ ਬੈਟਰ ਆਪਸ਼ਨ ਹੈਗੀ ਹੈ, ਇਫ ਯੂ ਵਾਂਟ ਟੂ ਰੈਕਮੈਂਡ ਦੈਟ ਵੀ ਕੈਨ ਗੋ ਫੋਰ ਦੈਟ। ਇਹਦੇ ਵਿੱਚ ਡੈਫੀਨੇਟਲੀ ਆਪਾਂ ਸ਼ਾਇਦ ਕੁਛ ਜਿਹੜੀਆਂ ਬਹੁਤ ਫੇਮਸ ਜਗ੍ਹਾ ਹੈ ਉਹਨਾਂ 'ਤੇ ਨਹੀਂ ਜਾ ਸਕਾਂਗੇ, ਲਾਈਕ ਮੈਲਬੋਰਨ, ਸਿਡਨੀ, ਪਰਥ, ਆਪਣੇ ਬ੍ਰਿਸਬੇਨ, ਗੋਲਡ ਕੋਸਟ, ਸ਼ਾਇਦ ਇਹਨਾਂ 'ਤੇ ਤੁਸੀਂ ਨਹੀਂ ਪੜ੍ਹਨ ਜਾ ਸਕਦੇ। ਇੱਥੇ ਜਿਹੜਾ PSW ਹੈ ਉਹ 2 ਸਾਲ ਦਾ ਹੀ ਰਹੇਗਾ, ਜੋ ਕਿ ਪਹਿਲਾਂ ਚੱਲ ਰਹੇ ਰੂਲ ਦੇ ਨਾਲ ਹੈ। ਬਟ ਅਗਰ ਤੁਸੀਂ ਇਹਦੇ ਨਾਲ ਹੀ ਜਿੱਦਾਂ ਬ੍ਰਿਸਬੇਨ ਦੇ ਨਾਲ ਹੀ ਬਿਲਕੁਲ ਸਦਰਨ ਕ੍ਰੋਸ ਯੂਨੀਵਰਸਿਟੀ ਦਾ ਏਰੀਆ, ਸੋ ਉਹ ਜਿਹੜਾ ਏਰੀਆ ਉਹ ਦੇ ਅੰਦਰ ਆ ਜਾਂਦਾ ਹੈ। ਦੈਨ ਐਡੀਲੇਡ ਆਪਣੇ ਆਪ 'ਚ ਬਹੁਤ ਵੱਡੀ ਸਿਟੀ ਹੈ, ਉਹ ਕਹਿਣ ਨੂੰ ਰੀਜਨਲ ਏਰੀਆ 'ਚ ਹੈ ਬਟ ਸਟਿਲ ਇਟਸ ਕੁਆਇਟ ਹਿਊਜ ਪਲੇਸ। ਸੋ ਉੱਥੇ ਵੀ ਅਗਰ ਤੁਸੀਂ ਪੜ੍ਹਨ ਜਾ ਰਹੇ ਹਾਂ ਤਾਂ ਯੂ ਗੈਟਿੰਗ ਅ ਸੇਮ ਬੈਨੀਫਿਟਸ। ਇਨਕਮ ਸਕੇਲ, ਚਾਹੇ ਤੁਸੀਂ ਰੀਜਨਲ ਏਰੀਆਸ 'ਚ ਪੜ੍ਹੋ, ਚਾਹੇ ਸਿਟੀ 'ਚ ਪੜ੍ਹੋ,
इट स्टेज सेम, ज़्यादा वेरिएशन आपां नूं ऑस्ट्रेलिया दे विच नहीं दिखती। सो आ एक बहुत खूबसूरती उहदी हैगी आ, तुसीं खुद काफ़ी सारे वीडियोज़ होर भी देख सकते हो सदर्न ऑस्ट्रेलिया दे उत्ते इंस्टीट्यूट्स दे उत्ते। बाकी असीं जिहड़ियां ऑप्शनस जिहड़ियां आ तुहाडे लई बहुत सारियां, मैं तुहानूं हुणे कुछ लिस्ट भी दसूंगा इंस्टीट्यूट्स दी जिन्हां दे विच तुसीं पढ़न जा सकते हो उत्ते। बट उस तों इलावा जिहड़ियां फाइनल है कि तुसीं कित्थे पढ़न जा सकते हो, एक्चुअली दैट कम्स अकॉर्डिंग टू योर प्रोफाइल, कि तुहाडा प्रोफाइल किन्ना स्ट्रोंग है, ESL लग रहा, एलीकोर्स लग रहा, नहीं लग रहा, आयल्स का स्कोर की है, परसेंटेज की है, यूनिवर्सिटी जो कोर्स की अवेलेबिलिटी हैगी है कि नहीं हैगी है। सो सारिया चीज़ा मैटर कर दिया ने कि आप जगह पर पढ़न जावे, बट डेफिनेटली बहुत सारिया ऑप्शनस है, बहुत वड्डी अपरचुनिटी एक ऑस्ट्रेलिया ने डेफिनेटली इंटरनेशनल स्टूडेंट्स नूं दित्ती है। और वो सीधा सीधा मैसेज है कि वो रीजनल एरियाज़ अगर तुम बुला रहे हैं तो इन्ना खोल के बुला रहे हैं कि उन्होंने वर्क परमिट का पीरियड भी एक्सटेंड करना पै रहा। सो डेफिनेटली PR उत्थे तुहाडे लई कोई इन्नी वड्डा चैलेंज नहीं रहेगा। सो दोस्तों, जिवें कि कवर साहब ने दस्सिया, एक बड़ा ही पॉजिटिव चेंज है ऑस्ट्रेलिया वालों। वर्क परमिट 2 साल तो 3 साल का हो गया, स्टूडेंट वास्ते बहुत ज़्यादा मायने रखता है। जी कवर साहब, केड़ियां केड़ियां यूनिवर्सिटीज़ ते कॉलेजेज़ ने जिहड़े तुसीं रेकमेंड करना? देखो डेफिनेटली ऑस्ट्रेलिया काफ़ी अग्रैसिव मोड ना आ रहा, सो लिस्ट भी मैं तुहानूं दसना चाहूँगा कि कड़े कड़े यूनिवर्सिटीज़ है जिथे तुसीं पढ़न लई जा सकते हो। मोर ओवर तुहानूं हुण रीजनल एरिया दे पॉइंट भी बाई डिफॉल्ट इत्थे मिलणगे। सो PR काफ़ी एंड तो अगर देखोगे प्रैक्टिकली तो काफ़ी ईजी होगा। ऑप्शनस मैं मोटिया मोटिया दस दिना, जिहड़ियां फेमस यूनिवर्सिटीज़ है जिहड़ा शायद तुहानूं नहीं पता कि वह हुण रीजनल एरिया आउंदियां। सो टस्मानिया यूनिवर्सिटी मैं तुहानूं पहलां दस्सिया सी, टस्मानिया स्टेट दे विच है। दैन यूनिवर्सिटी ऑफ बलाट मेलबर्न तो थोड़ी दूर है, सो दैट कम्स इन सदर्न ऑस्ट्रेलिया रीजनल एरिया सॉरी। दैन यूनिवर्सिटी ऑफ सेंट्रल क्वींसलैंड ए भी उत्थे आती है रीजनल एरिया दे विच। JCU आती है, चार्ल्स डार्विन यूनिवर्सिटी, दैट ऑलसो कम्स अंडर रीजनल एरिया। दैन यूनिवर्सिटी ऑफ न्यू इंग्लैंड, यूनिवर्सिटी ऑफ सदर्न क्वींसलैंड, यूनिवर्सिटी ऑफ एडिलेड। सो देर आर लॉट ऑफ ऑप्शनस, ए सिर्फ यूनिवर्सिटीज़ ने जिहड़ियां मैं दसियां ने, कॉलेजेस दियां भी बहुत ऑप्शनस ने, बट कॉलेजेस असी हर एक नूं रेकमेंड नहीं करते। कॉलेज अगर तुसी जाना चाहते हैं ऑस्ट्रेलिया तो आई वुड सुजैसट कि अगर तुहाडा एक स्ट्रोंग प्रोफाइल है जिथे तुसी 6C होल्ड करते हैं, रीसेंट पास आउट हैं, परसेंटेज अच्छी है, तो कॉलेज डिप्लोमा कोर्सिस लिए तुसी अटैम्प्ट करो ऑस्ट्रेलिया। अदरवाइज ऑप्ट फॉर यूनिवर्सिटी प्रोग्राम्स, एलीकोर्स लगेगा बेशक, डिप्लोमा लीडिंग टू डिग्री मिलेगा भावें, बट द चांसिस ऑफ वीज़ा विल बी क्वाइट हाई। एंड जिहड़ा सक्सैस रेट आ मैटर करता है, किसी भी कंट्री का वीज़ा लेना हुंदा है आपां नूं तां जरूरी है वीज़े दियां रिक्वायरमेंट पूरियां करनियां, ना कि सिर्फ एडमिशन दियां रिक्वायरमेंट पूरियां करनियां। सो एडमिशन दियां रिक्वायरमेंट कई बार वीज़े तो घट हुंदियां ने, सो आ चीज़ नूं समझण दी लोड़ है। उहदे लई एक अच्छा कंसल्टेंट तुहाडे कोल होण दी लोड़ है जिहड़ा तुहानूं गाइड कर सके कि बई तेरी एडमिशन दी रिक्वायरमेंट तां इन्नी है बट वीज़े लई आपां नूं इन्नी चीज़ चाहीदी है। सो कॉलेज सक्सैस रेट की है, यूनिवर्सिटी सक्सैस रेट की है, वो ही कंसल्टेंट तुहानूं दस सकूगा। नहीं तो नॉर्मली जिहड़ा ट्रेंड है कि माड़ा प्रोफाइल है तो कॉलेज च पा दो, चंगा है तो यूनिवर्सिटी च पा दो, बट एक्चुअली द थिंग्स वर्क्स अदर वे अराउंड। सो चीज़ां उदा नहीं चलदियां जिदा एक देसी कंसल्टेंट सोचता। सो ध्यान ना सोचोगे, डिटेल ना सोचोगे, तुहाडा स्ट्रोंग प्रोफाइल है, तुसीं कॉलेज जाना चाहते हैं, वीज़ा ऑफिसर तुहाडे ते ट्रस्ट कर लूगा, बट तुहाडा वीक प्रोफाइल है और उपरों तुसीं कॉलेज जाना चाहोगे तो वो किदां एडजस्ट करूगा। सो प्रैक्टिकली सिनारियो नूं समझण की कोशिश करो। साडे कोल कोई भी क्वेश्चंस डाउट्स तुसीं आके क्लीयर करना चाहते हो, मिलना चाहते हो, मोस्ट वेलकम। ब्रॉडवे के ऑफिसिस जलंधर, लुधियाना, अमृतसर, मोगा, मोहाली, बठिंडा, श्री गंगानगर, सो 7 जगह पर ऑफिसिस है। तुसीं आके अपने सारे क्वेश्चंस डाउट्स क्लीयर कर सकते हो, व्हाट्सएप कर सकते हो इस नंबर पर अपनी कोई भी क्वेरीज, एंड वी आर देयर टू हैल्प यू। सो दोस्तों, जिमें कि कवर साहब ने दसिया कि रीजनल एरियाज़ कोई बहुत ज़्यादा बैकवर्ड एरियाज़ नहीं, ऑस्ट्रेलिया दे रीजनल एरियाज़ ने, तो इंडिया दे हिसाब नाल जे कंपेयर करिए तो बहुत ही वेल डिवेलप्ड ने, तो बहुत अच्छी जगह है, बहुत अपॉर्चुनिटीज़ लेके बैठे हुए हैं, बिकॉज़ उत्थे मैन पावर की कमी है कंपैरेटिवली। सो डेफिनेटली दे वांट यू। सो एक पॉजिटिव चीज़ भी दी जा रही है, वर्क परमिट जो है वो 3 साल का दिता जा रहा है, तो नो डाउट जो कंट्री है वो एक वेलकमिंग मोड च है। सो दोस्तों, जरूरी नहीं कि कंट्री विच पहुंचना, और डेफिनेटली वीज़ा का भी कितना कितने आपां नूं रिलैक्सेशन दिखूगा, बिकॉज अगर उन्हें 3 साल का वर्क परमिट किया, सो दैट मीनस दे वॉन्ट टू वेलकम द स्टूडेंट्स जेडे उत्थे रीजनल एरिया च पढ़न आएंगे। सो कितना कितने आपां सक्सैस रेट भी इहदे च आने वाले दिनों देखांगे कि वो वधेगा ऑस्ट्रेलिया लई।
ਸੋ ਦੋਸਤੋ, ਇੱਕ ਵਧੀਆ ਕੰਸਲਟੈਂਟ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਤੁਹਾਨੂੰ ਆਸਟ੍ਰੇਲੀਆ ਜਾਂ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਪਹੁੰਚਾ ਦੇਵੇ। ਸ਼ਾਇਦ ਇੱਕ ਘੱਟ ਜਿਹੜਾ ਪ੍ਰੋਫੈਸ਼ਨਲ ਕੰਸਲਟੈਂਟ ਹੈ ਉਹ ਵੀ ਤੁਹਾਨੂੰ ਉੱਥੇ ਆਪਣੀ ਡੈਸਟੀਨੇਸ਼ਨ 'ਤੇ ਪਹੁੰਚਾ ਸਕਦਾ, ਪਰ ਉਹ ਤੁਹਾਨੂੰ ਕਿਸੇ ਇਹੋ ਜਿਹੇ ਪੈਕੇਜ 'ਚ ਪਹੁੰਚਾ ਸਕਦਾ ਕਿ ਉੱਥੇ ਜਾਣ ਤੋਂ ਬਾਅਦ ਤੁਹਾਨੂੰ ਪਤਾ ਲੱਗੇ, ਸਾਲ ਪੜ੍ਹਾਈ ਕਰਨ ਤੋਂ ਬਾਅਦ ਪਤਾ ਲੱਗੇ ਕਿ ਅੱਗੇ ਤੁਹਾਡੇ ਬਹੁਤ ਸਾਰੇ ਓਬਸਟੈਕਲਸ ਖੜ੍ਹੇ ਨੇ, ਤੁਹਾਨੂੰ ਡਿਸੀਜਨ ਜਿਹੜੇ ਆ ਉਹ ਸਹੀ ਲੈਣ 'ਚ ਮਦਦ ਨਹੀਂ ਕੀਤੀ ਗਈ। ਸੋ ਜਿਹੜਾ ਕਾਊਂਸਲਰ ਹੈ ਜਿਹਦੇ ਤੋਂ ਤੁਸੀਂ ਸਲਾਹ ਲੈ ਕੇ ਜਾਣਾ, ਕੰਸਲਟੈਂਟ ਹੈ, ਉਹ ਪ੍ਰੋਫੈਸ਼ਨਲ ਹੋਣਾ ਬਹੁਤ ਜ਼ਰੂਰੀ ਹੈ, ਜਿਹੜਾ ਸਿਰਫ ਭੇਜਣ ਤੱਕ ਦਾ ਨਾ ਸੋਚੇ, ਤੁਹਾਡੇ ਅੱਗੇ ਦੇ ਫਿਊਚਰ ਬਾਰੇ ਵੀ ਸੋਚੇ। ਸੋ ਤੁਸੀਂ ਆਪਣਾ ਜਿਹੜਾ ਪ੍ਰੋਫਾਈਲ ਹੈ ਇੱਕ ਵਾਰ ਜ਼ਰੂਰ ਐਨਾਲਾਈਜ਼ ਕਰਾਓ। ਕਮਰ ਸਾਹਿਬ ਦੀ ਪ੍ਰੋਫੈਸ਼ਨਲ ਟੀਮ ਹੈ ਜਿਹੜੀ ਕਿ ਤੁਹਾਨੂੰ ਬੈਸਟ ਗਾਈਡੈਂਸ ਦੇ ਸਕਦੀ ਹੈ, ਸਾਰੀਆਂ ਓਪਰਚੁਨਿਟੀਜ਼, ਸਾਰੀਆਂ ਆਪਸ਼ਨਸ ਤੁਹਾਨੂੰ ਦੱਸ ਸਕਦੀ ਹੈ। ਤੁਸੀਂ ਟਾਈਮ ਲਓ, ਅਪੁਆਇੰਟਮੈਂਟ ਲਓ ਅਤੇ ਤੁਸੀਂ ਪਰਸਨਲੀ ਵੀ ਮਿਲਣ ਆਓ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। Broadway believes for bright career opportunities and secure future, quality education is a must. Many brilliant students, despite having achieved good marks in 10 plus 2, don't get admission in leading colleges or institutes of India, and some don't get the desired course. Broadway strongly accept that every student deserves quality education from an acclaimed college or institute in the chosen course of his or her interest. Therefore, every parent wishes quality study abroad education for their kids from a world-class college. Managing Director Amarjeet Kamar from Broadway Immigration suggested, as an international student, I faced many situations which were not easy to handle. I felt a right advice from an experienced person can make this journey much easier. In 2009, I formed Broadway Immigration Services to provide quality study abroad solutions and world-class consultancy services with homely touch. That quality education and better career prospects are attracting students to colleges in USA, Canada, Australia, New Zealand and Europe. Every year, these countries see around 2 lakh Indian students applying in international colleges of these countries. In coming years, this number is bound to grow. During my counseling sessions, I can observe a unique spark in the eyes of the students. Their body language and mannerism is full of hope for a better life. At the same time, one can listen to their parents wishing to see their dreams turn into a reality. Most of the parents and students have no idea about who can assist them with quality advice on course selection and college shortlisting in their chosen country for a prosperous future. There is a common misconception that students' aim should be to reach the chosen country. Course and college are irrelevant. Broadway Immigration strongly disagree with such thoughts. We at Broadway work hard for students who are career focused and looking to have admissions at reputed institutes. They have to ensure the quality of students getting study visa matches their local requirements. To ensure this, embassies keep changing rules quite often or so. There are some colleges who have even strict admission guidelines. At Broadway Immigration Services, we give extra care in understanding the embassy rules and the college requirements for the admissions. Our R&D team ensures that even a minor requirement is properly evaluated to make the student visa application process more smooth. We do prepare our students for interview, resume and personality development so that they are better prepared for interview with college and embassy. We also guide our students in job market survey and appropriate course selection basis on their interest and ability. This enables the student to take an informed decision. When parents see their dreams becoming a reality, their eyes lit up. You can feel the glow. Sometimes people come to our office dancing all the way to share their happiness and fulfillment. This is the moment of our life. And every member of Broadway Immigration Services yearn to see us and experience this moment, the moment of joy and accomplishment. Welcome to Broadway. 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 We are proud of our clients, their trust, and our firm determination enabled us to provide a world-class services with homely touch.
This is not an end, rather it's a beginning. We at Broadway Immigration Services continue to explore ways and means to serve our client with innovative study abroad solutions.